ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਪੁਸ਼ਤਾਂ ਤੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਉਪਰਾਲਾ ਕਰਾਂਗੇ ਮਹਾਰਾਜੇ ਦਾ ਘਰਾਣਾ ਕਿੰਨਾ ਮਹਾਨ ਬਹਾਦੁਰ ਤੇ ਰਸੂਖ ਵਾਲਾ ਘਰਾਣਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਘਰਾਣੇ ਵਿੱਚੋਂ ਸਰਦਾਰ ਬੁੱਧ ਸਿੰਘ ਜੀ ਉਸ ਮਾਨਯੋਗ ਹਸਤੀ ਦਾ ਨਾਮ ਹੈ ਜਿਨ੍ਹਾਂ ਨੂੰ ਇਸ ਗੱਲ ਦੀ ਵਡਿਆਈ ਪ੍ਰਾਪਤ ਸੀ ਕਿ ਉਹਨਾਂ ਨੇ ਕਲਗੀ ਤਰਜੀ ਦੇ ਘਰ ਕਮਲਾ ਤੋਂ ਅੰਮ੍ਰਿਤ ਪਾਨ ਕੀਤਾ ਤੇ ਸਿੰਘ ਸਜੇ ਅੰਮ੍ਰਿਤ ਛਕਣ ਤੋਂ ਪਹਿਲਾਂ ਉਹਨਾਂ ਦਾ ਨਾਮ ਬੁੱਢਾ ਮਲ ਸੀ ਇਹ ਅਰਮੀ ਯੋਦਾ ਜਿਥੇ ਆਪਣੇ ਉਚਾਚਰਨ ਲਈ ਜਗਤ ਪ੍ਰਸਿੱਧ ਸਨ ਉਥੇ ਨਿਰਭੈ ਸੂਰਮਾ ਆਪਣੇ ਬਾਹੂਬਲ ਲਈ ਵੀ ਅਤੁੱਲ ਸਨ ਇਹ ਮਸਤ ਹਾਥੀ ਦੀ ਤਰ੍ਹਾਂ ਮੈਦਾਨੇ ਜੰਗ ਵਿੱਚ ਵੈਰੀਆਂ ਦੇ ਸਾਹਮਣੇ ਨਿਡਰ ਝੂਮਦੇ ਹੋਏ ਪਹੁੰਚਦੇ ਸਨ ਇਨ੍ਹਾਂ ਦੇ ਸਰੀਰ ਉੱਤੇ ਚਾਲੀ ਫਟ ਤਲਵਾਰਾਂ ਨੇਜ਼ਿਆਂ ਤੇ ਗੋਲੀਆਂ ਦੇ ਸਨ ਇਨ੍ਹਾਂ ਦੀ ਦੇਸਾ ਨਾਮੀ ਅ블ਕ ਕੋੜੀ ਇਤਿਹਾਸ ਵਿੱਚ ਇਤਨੀ ਹੀ ਪ੍ਰਸਿੱਧਤਾ ਰੱਖਦੀ ਹੈ ਜਿੰਨੀ ਕਿ ਉਹ ਨਿਡਰ ਸਵਾਰ ਸਰਦਾਰ ਬੁੱਧ ਸਿੰਘ ਜੀ ਖੁਦ ਇਨਾ ਦੀ ਕੋੜੀ ਦੇਸਾਦਾਨਾ ਆਪਣੇ ਮਾਲਿਕ ਦੇ ਨਾਮ ਨਾਲ ਐਸਾ ਇਕਮਿਕ ਹੋ ਗਿਆ ਸੀ ਕਿ ਨਾ ਦੋਵਾਂ ਨਾਵਾਂ ਤੋਂ ਇੱਕ ਨਾਮ ਬਣ ਕੇ ਸਰਦਾਰ ਬੁੱਧ ਸਿੰਘ ਦਾ ਨਾਮ ਦੇਸਾ ਬੁੱਧ ਸਿੰਘ ਪ੍ਰਸਿੱਧ ਹੋਇਆ ਇਸ ਬਾਂਕੀ ਕੋੜੀ ਦੀ ਪਿੱਠ ਤੇ ਸਰਦਾਰ ਬੁੱਧ ਸਿੰਘ ਜੀ ਨੇ ਪੰਜਾਬ ਆਵਾਰੀ ਦਰਿਆ ਰਾਵੀ ਚਨਾ ਤੇ ਜੇਲਮ ਤੋਂ ਪਾਰ ਉਤਾਰ ਗਏ ਅਤੇ ਆਏ ਸਨ ਸਾਲ 1718 ਵਿੱਚ ਦੇਸਾ ਬੁੱਧ ਸਿੰਘ ਆਪਣੇ ਪਿੱਛੇ ਦੋ ਪੁੱਤਰ ਚੰਦਾ ਸਿੰਘ ਅਤੇ ਨੌਦ ਸਿੰਘ ਛੱਡ ਕੇ ਪਰਲੋਕ ਸਿਧਾਰ ਗਏ ਨੌਦ ਸਿੰਘ ਦਾ ਵਿਆਹ ਮਜੀਠੇ ਦੇ ਇੱਕ ਤਨਾੜ ਜ਼ਿਮੀਦਾਰ ਗੁਲਾਬ ਸਿੰਘ ਦੀ ਕੰਨਿਆ ਨਾਲ ਹੋਇਆ ਸਾਲ 1730 ਵਿੱਚ ਇਹਨਾਂ ਨੇ ਗੁਜਰਾਵਾਲੇ ਦੇ ਲਾਗੇ ਸ਼ੁਕਰਚੱਕ ਦੀ ਉਜੜੀ ਪਈ ਹੋਈ ਥੇਨੂੰ ਮੁੜ ਵਸਾ ਕੇ ਆਪਣੇ ਵਸੇਵੇ ਲਈ ਘੜੀ ਵਰਗਾ ਵੱਡਾ ਘਰ ਬਣਵਾਇਆ ਤਾਂ ਜੋ ਛੋਟੇ-ਮੋਟੇ ਟਾਕਰਿਆਂ ਦੇ ਸਮੇਂ ਕਿਲੇ ਦਾ ਕੰਮ ਦਿੰਦਾ ਸੀ ਇਸ ਘੜੀ ਦੀ ਉਸਾਰੀ ਤੋਂ ਵੇਲੇ ਹੁੰਦੇ ਹੀ ਸਰਦਾਰ ਨੌਦ ਸਿੰਘ ਦੇ ਮਨ ਵਿੱਚ ਇੱਕ ਫੁਰਨਾ ਫੁਰਿਆ ਕਿ ਤਾਕਤ ਵਧਾਉਣ ਲਈ ਆਪਣੇ ਨਾਲ ਕੁਝ ਸਾਥੀ ਰਲਾ ਲੈਣੇ ਚਾਹੀਦੇ ਹਨ ਪਹਿਲੇ ਪਹਿਲ ਇਹਨਾਂ ਨੇ 30 ਸਿੰਘ ਸਵਾਰ ਆਪਣੇ ਨਾਲ ਮਿਲਾ ਲਏ ਜਿਨ੍ਹਾਂ ਨੂੰ ਸ਼ੁਕਰਚੱਕਿਆ ਮਿਸਲ ਦਾ ਮੂਲ ਅਤੇ ਖਾਲਸਾ ਸਲਤਨਤ ਦੀ ਨੀਂਹ ਕਹਿਣਾ ਯੋਗ ਹੈ ਸਰਦਾਰ ਨੌਦ ਸਿੰਘ ਨੇ ਆਪਣੇ ਇਸ ਨਿੱਕੇ ਜਿਹੇ ਜੱਥੇ ਨਾਲ ਸਮੇਂ ਦੀ ਲੋੜ ਅਨੁਸਾਰ ਉਹ ਨਿਰਭੈਤਾ ਦੇ ਕਾਰਨਾਮੇ ਕੀਤੇ ਜਿਨ੍ਹਾਂ ਦੇ ਕਾਰਨ ਇਹਨਾਂ ਦਾ ਦਬਦਬਾ 라ਵਲਪਿੰਡੀ ਤੋਂ ਸਤਲੁਜ ਦੇ ਕੰਢਿਆਂ ਤੱਕ ਮੰਨਿਆ ਜਾਂਦਾ ਸੀ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਹਿੰਦੁਸਤਾਨ ਉੱਪਰ ਹਮਲੇ ਸਮੇਂ ਨਵਾਬ ਕਪੂਰ ਸਿੰਘ ਨਾਲ ਲੜ ਕੇ ਉਸ ਨੂੰ ਕਰਾਰੇ ਹੱਥ ਦਿੱਤੇ ਅਤੇ ਉਸ ਦੀ ਵਾਪਸੀ ਸਮੇਂ ਉਸ ਦਾ ਬਹੁਤ ਸਾਰਾ ਤਾਨ ਸਮਾਨ ਖੋ ਲਿਆ ਇਸ ਕਾਰਨ ਇਹਨਾਂ ਦੀ ਪਤ ਅਤੇ ਮਾਨ ਪੰਜਾਬ ਦੇ ਸਾਰੇ ਸਰਦਾਰਾਂ ਵਿੱਚ ਬਹੁਤ ਵੱਧ ਗਈ ਸੀ ਸੰਮਤ 1809 ਬਿਕਰਮੀ ਵਿੱਚ ਮਜੀਠੇ ਦੇ ਲਾਗੇ ਅਫਗਾਨਾਂ ਨਾਲ ਲੜਦੇ ਹੋਏ ਇੱਕ ਗੋਲੀ ਦਾ ਸ਼ਿਕਾਰ ਹੋ ਗਏ ਅਤੇ ਆਪਣੇ ਪ੍ਰਾਨ ਤਿਆਗ ਗਏ ਇਹਨਾਂ ਦੇ ਘਰ ਚਾਰ ਪੁੱਤਰ ਹੋਏ ਚੜਤ ਸਿੰਘ ਦਲ ਸਿੰਘ ਚੇਤ ਸਿੰਘ ਅਤੇ ਮਾਗੀ ਸਿੰਘ ਇਹਨਾਂ ਵਿੱਚੋਂ ਸਾਰਿਆਂ ਤੋਂ ਨਿੱਕੇ ਮਾਗੀ ਸਿੰਘ ਨੇ ਤਾਂ ਆਪਣੇ ਜੀਵਨ ਨੂੰ ਸਿੱਖੀ ਦੇ ਪ੍ਰਚਾਰ ਲਈ ਸਮਰਪਿਤ ਕਰ ਦਿੱਤਾ ਇਹ ਆਪਣੇ ਸਮੇਂ ਦੇ بڑے ਪਜਨੀਕ ਅਤੇ ਪਰਉਪਕਾਰੀ ਮਹਾਤਮਾ ਹੋ ਗਏ ਅਤੇ ਬੇਸੰਤਾਨ ਹੀ ਰਹੇ ਵੱਡਾ ਪ੍ਰਾਚੜਤ ਸਿੰਘ ਆਪਣੇ ਦੋ ਨਿੱਕੇ ਪਾਈਆਂ ਨਾਲ ਮਿਲ ਕੇ ਆਪਣੀ ਜ਼ਮੀਨ ਆਦੀ ਦੇ ਪ੍ਰਬੰਧ ਦੇਖਦੇ ਸਨ ਹੁਣ ਅਸੀਂ ਇਹ ਜਾਣਾਂਗੇ ਕਿ ਸਰਦਾਰ ਚੜਤ ਸਿੰਘ ਜੀ ਦਾ ਰਾਜਸੀ ਸਫ਼ਰ ਕਿਵੇਂ ਸ਼ੁਰੂ ਹੋਇਆ ਸਰਦਾਰ ਚੜਤ ਸਿੰਘ ਨੇ ਆਪਣੇ ਪਿਤਾ ਦੇ ਚਲਾਨੇ ਦੇ ਉਪਰੰਤ ਆਪਣੇ ਜੱਥੇ ਵਿੱਚ ਬਹੁਤ ਸਾਰੇ ਹੋਰ ਸਵਾਰ ਵਧਾ ਲਏ ਜਿਸ ਕਰਕੇ ਇਹਨਾਂ ਦੀ ਸ਼ਕਤੀ ਹੁਣ ਬਹੁਤ ਵੱਧ ਗਈ ਸੀ ਠੀਕ ਇਹਨਾਂ ਦਿਨਾਂ ਵਿੱਚ ਇਹਨਾਂ ਦੇ ਜਥੇ ਵਿੱਚ ਇੱਕ ਬਿਰਧ ਪਰ ਜਵਾਨਾਂ ਤੋਂ ਵੀ ਵੱਧ ਬਹਾਦਰ ਯੋਦਾ ਆਰਲੇ ਜਿਨ੍ਹਾਂ ਦੇ ਨਾਮ ਦੀ ਧਾਕ ਸਾਰੇ ਪੰਜਾਬ ਵਿੱਚ ਪਈ ਹੋਈ ਸੀ ਇਸ ਸੂਰਮੇ ਦਾ ਨਾਮ ਸੀ ਅਮੀਰ ਸਿੰਘ ਅਤੇ ਗੁਜਰਾਵਾਲੇ ਦੇ ਵਸਨੀਕ ਸਨ ਇਸ ਤਰ੍ਹਾਂ ਇਹ ਜੱਥਾ ਥੋੜੇ ਦਿਨਾਂ ਵਿੱਚ ਹੀ ਪ੍ਰਸਿੱਧ ਸ਼ੁਕਰਚਕੀਆ ਮਿਸਲ ਦੇ ਰੂਪ ਵਿੱਚ ਦੇਸ਼ ਵਿੱਚ ਪ੍ਰਗਟ ਹੋਇਆ ਸਰਦਾਰ ਚੜਤ ਸਿੰਘ ਨੇ ਆਪਣੀ ਮਿਸਲ ਵਿੱਚ ਮਿਲਣ ਵਾਲਿਆਂ ਲਈ ਇਹ ਨਿਯਮ ਠਹਿਰਾ ਰੱਖਿਆ ਸੀ ਕਿ ਇਸ ਮਿਸਲ ਵਿੱਚ ਉਹੀ ਆ ਕੇ ਮਿਲੇ ਜੋ ਅੰਮ੍ਰਿਤਧਾਰੀ ਹੋਵੇ ਇਸ ਤਰ੍ਹਾਂ ਇਹ ਪਹਿਲਾ ਮਰਿਆਦਾ ਅਨੁਸਾਰ ਹਰ ਇੱਕ ਜਵਾਨ ਨੂੰ ਖੁਦ ਆਪਣੇ ਹੱਥੀ ਅੰਮ੍ਰਿਤ ਚਕਾਉਂਦੇ ਸਨ ਅਤੇ ਫਿਰ ਮਿਸਲ ਵਿੱਚ ਆਣ ਦੀ ਆਗਿਆ ਦਿੰਦੇ ਸਨ یوں ਸਰਦਾਰ ਚੜਤ ਸਿੰਘ ਅਤੇ ਅਮੀਰ ਸਿੰਘ ਦੇ ਆਪਸ ਵਿੱਚ ਇਤਨਾ ਪਿਆਰ ਵੱਧ ਗਿਆ ਕਿ ਅਮੀਰ ਸਿੰਘ ਨੇ ਆਪਣੀ ਕੰਨਿਆ ਦਾ ਆਨੰਦ ਚੜਤ ਸਿੰਘ ਨਾਲ ਕਰਵਾ ਦਿੱਤਾ ਇਸ ਤਰ੍ਹਾਂ ਇਹਨਾਂ ਦੋਹਾਂ ਸਰਦਾਰਾਂ ਦੀ ਮਿੱਤਰਤਾ ਦੀ ਗੰਢ ਹੋਰ ਵੀ ਵਧੇਰੇ ਪੀੜੀ ਹੋ ਗਈ ਸੀ ਇਸ ਸਮੇਂ ਐਮਨਾਬਾਦ ਵੀ ਸ਼ਾਹੀ ਫੌਜਦਾਰ ਰਹਿੰਦਾ ਸੀ ਜੋ ਬੜਾ ਹੀ ਸੜੀਲ ਸੁਭਾਅ ਵਾਲਾ ਸੀ ਉਸ ਦੀ ਤੱਦੀ ਅਤੇ ਜ਼ੁਲਮ ਤੋਂ ਇਲਾਕੇ ਦੀ ਹਿੰਦੂ ਪ੍ਰਜਾ ਤੈਂਤ ਦੁਖੀ ਸੀ ਅਤੇ ਸਿੱਖਾਂ ਲਈ ਤਾਂ ਇਹ ਜੰਮਦਾ ਰੂਪ ਸੀ ਸਰਦਾਰ ਚੜਤ ਸਿੰਘ ਨੂੰ ਜਾਦੂਦੀਆਂ ਨੀਤੀਆਂ ਦੀਆਂ ਖਬਰਾਂ ਪਹੁੰਚਦੀਆਂ ਤਾਂ ਉਹਨਾਂ ਦੇ ਦਿਲ ਵਿੱਚ ਉਬਾਲ ਉੱਠਦਾ ਸੀ ਕਿ ਜਿਵੇਂ ਵੀ ਹੋ ਸਕੇ ਉਸ ਨੂੰ ਉਸ ਦੇ ਕੀਤੇ ਕਰਮਾਂ ਦਾ ਫਲ ਚਖਾਇਆ ਜਾਵੇ ਪਰ ਕਈ ਗੱਲਾਂ ਆਪਣੇ ਹੱਕ ਵਿੱਚ ਨਾ ਵੇਖ ਕੇ ਕਿਸੇ ਯੋਗ ਸਮੇਂ ਦੀ ਉਡੀਕ ਵਿੱਚ ਕੁਝ ਦਿਨ ਸੋਚਦੇ ਰਹੇ ਸਨ 1661 ਈਸਵੀ ਵਿੱਚ ਉਸ ਦੀਆਂ ਵਧੀਕੀਆਂ ਇਤਨੀ ਵਧ ਗਈਆਂ ਕਿ ਅੰਤ ਵਿੱਚ ਸਰਦਾਰ ਤੋਂ ਰਹਿਣਾ ਗਿਆ ਅਤੇ ਉਹਨਾਂ ਨੇ ਆਪਣੀ ਮਿਸਲ ਦੇ 150 ਸਿਰਕੜਵੇਂ ਸਵਾਰ ਨਾਲ ਲੈ ਕੇ ਐਮਨਾਬਾਦ ਤੇ ਜਾ ਛਾਪਾ ਮਾਰਿਆ ਜਾਂਦੇ ਹੀ ਫੌਜਦਾਰ ਦੇ ਮਹਿਲ ਨੂੰ ਜਾ ਕੇ ਘੇਰਿਆ ਅੱਗੇ ਦੂਜੇ ਬੰਨਿਓ ਵੀ ਤਕੜਾ ਟਕਰਾ ਮਿਲਿਆ ਪਰ ਲੜਾਈ ਦੇ ਵਧੇਰੇ ਲਮਕਣ ਤੋਂ ਪਹਿਲਾਂ ਹੀ ਸਰਦਾਰ ਚੜਤ ਸਿੰਘ ਆਪ ਦਾ ਸਵਾਰਾਂ ਨਾਲ ਫੌਜਦਾਰ ਤੇ ਟੁੱਟ ਪਏ ਅਤੇ ਇੱਕ ਤਲਵਾਰ ਦੀ ਸੱਟ ਨਾਲ ਉਸ ਨੂੰ ਧਰਤੀ ਤੇ ਢੇਰੀ ਕਰ ਸੁਟਿਆ ਹੁਣ ਲੱਗਦੇ ਹਾਤ ਸਾਰਾ ਸ਼ਾਹੀ ਹਥਿਆਰ ਵੀ ਲੂਟ ਲਿਆ ਗਿਆ ਇਸ ਤੋਂ ਛੋਟੇ ਹਜ਼ਾਰਾਂ ਰੁਪਏ ਅਤੇ ਸੈਂਕੜੇ ਕੋੜੇ ਇਸ ਤਾਵੇ ਵੀ ਸਰਦਾਰ ਦੇ ਹੱਥ ਆਏ ਇਸ ਮਾਲ ਦੇ ਮਾਰਨ ਨਾਲ ਸਰਦਾਰ ਚੜਤ ਸਿੰਘ ਸਾਰੇ ਦੇਸ਼ ਵਿੱਚ ਡਾਡਾ ਉੱਗਾ ਹੋ ਗਿਆ ਅਤੇ ਸਾਰੇ ਇਲਾਕੇ ਵਿੱਚ ਇਹਨਾਂ ਨਾਲ ਪਿਆਰ ਹੋਣ ਲੱਗਾ ਇਸੇ ਸਾਲ ਦੇ 6 ਕਰਲੇ ਦਿਨਾਂ ਵੀ ਚੜਤ ਸਿੰਘ ਨੇ ਗੁਜਰਾਵਾਲੇ ਵਿੱਚ ਗੜੀ ਬਣਵਾਈ ਜੋਵੈਰੀਆਂ ਦੇ ਟਾਕਰੇ ਤੋਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਡਾਡੀ ਲਾਇਬ ਦਾਇਕ ਸਦ ਹੋਈ ਕੁਝ ਦਿਨਾਂ ਦੇ ਬਾਅਦ ਇਸ ਗੜੀ ਨੂੰ ਕਿਲੇ ਦੀ ਸ਼ਕਲ ਦੇ ਦਿੱਤੀ ਗਈ ਇਸ ਕਿਲੇ ਦੇ ਬਨਾਨ ਦੀ ਅਤੇ ਚੜਤ ਸਿੰਘ ਦੀ ਦਿਨੋ ਦਿਨ ਵਧ ਰਹੀ ਸ਼ਕਤੀ ਦੀਆਂ ਖਬਰਾਂ ਲਾਹੌਰ ਦੇ ਗਵਰਨਰ ਖਵਾਜ਼ਾ ਹਾਬिद ਖਾਨ ਦੇ ਮਨ ਵਿੱਚ ਕੰਡੇ ਵਾਂਗ ਚੁਭ ਰਹੀਆਂ ਸਨ ਇੱਕ ਤਾਂ ਐਮਨਾਬਾਦ ਦੇ ਫੌਜਦਾਰ ਦੀ ਹੱਤਿਆ ਦੇ ਕਾਰਨ ਤੇ ਉਪਰੋਂ ਕਿਲੇ ਦੀ ਉਸਾਰੀ ਦੀ ਖਬਰ ਨੇ ਤਾਂ ਇਸ ਨੂੰ ਲੋਹਾ ਲੱਖਾ ਕਰ ਦਿੱਤਾ ਹੁਣ ਬਿਨਾਂ ਦੇਰੀ ਦੇ ਉਹ ਬਹੁਤ ਸਾਰੀਆਂ ਫੌਜਾਂ ਨੂੰ ਨਾਲ ਲੈ ਕੇ ਸਰਦਾਰ ਦੇ ਕਿਲੇ ਪਰ ਚੜ ਆਇਆ। ਇੱਧਰ ਸਰਦਾਰ ਚੜਤ ਸਿੰਘ ਵੀ ਨਚਿੰਤ ਨਹੀਂ ਸੀ ਬੈਠੇ ਹੋਏ। ਉਹ ਜਾਣਦੇ ਸਨ ਕਿ ਉਹ ਦਿਨ ਦੂਰ ਨਹੀਂ ਜਦ ਲਾਹੌਰ ਦੇ ਹਾਕਮ ਨਾਲ ਬਲ ਪ੍ਰੀਖਿਆ ਕਰਨੀ ਪਵੇਗੀ। ਇਸ ਲਈ ਉਹਨਾਂ ਨੇ ਅੰਦਰੋਂ ਅੰਦਰ ਧਾਨੇ ਪਾਣੀ ਦਾ ਪੱਕਾ ਪ੍ਰਬੰਧ ਕਰਕੇ ਆਪਣੇ ਕਿਲੇ ਦੀ ਰੱਖਿਆ ਲਈ ਇੱਕ ਚੰਗੀ ਤਿਆਰੀ ਕਰ ਰੱਖੀ ਸੀ। ਲਾਹੌਰ ਫੌਜ ਜਦ ਸ਼ਹਿਰ ਦੇ ਲਾਗੇ ਪਹੁੰਚੀ ਤਾਂ ਅਗੋ ਚੜਤ ਸਿੰਘ ਨੇ ਸੰਮਿਲਿਤ ਖਾਲਸੇ ਦੀ ਸਹਾਇਤਾ ਨਾਲ ਉਹਨਾਂ ਦਾ ਇਤਨਾ ਕਰੜਾ ਟਾਕਰਾ ਕੀਤਾ ਕਿ ਖਵਾਜਾ ਸਾਹਿਬ ਨੂੰ ਲੈਣੇ ਦੇ ਦੇਣੇ ਪੈ ਗਏ ਇਸ ਨੂੰ ਐਸਾ ਕਹਿ ਰਿਆ ਕਿ ਉਹ ਬੜੀ ਔਖ ਨਾਲ ਆਪਣੀ ਜਾਨ ਬਚਾ ਕੇ ਨਾ ਸਕਿਆ ਇਸ ਲੜਾਈ ਵਿੱਚ ਚੌਖਾ ਰੁਪਿਆ ਅਨਾਜ ਅਤੇ ਹਥਿਆਰ ਖਾਲਸੇ ਦੇ ਹੱਥ ਆਏ ਇਸ ਦੇ ਬਾਅਦ ਸਰਦਾਰ ਚੜਤ ਸਿੰਘ ਨੇ ਵਜ਼ੀਰਾਬਾਦ ਤੇ ਤਾਕਾ ਕੀਤਾ ਅਤੇ ਇੱਥੋਂ ਦੇ ਹਾਕਮ ਨੂੰ ਕੱਢ ਕੇ ਉੱਥੇ ਆਪਣਾ ਕਬਜ਼ਾ ਕਰ ਲਿਆ ਅਤੇ ਇਹ ਇਲਾਕਾ ਆਪਣੇ ਸਾਲੇ ਸਰਦਾਰ ਬਖਸ਼ੀਸ਼ ਸਿੰਘ ਨੂੰ ਦੇ ਦਿੱਤਾ ਇਸ ਤੋਂ ਪਿੱਛੋਂ ਇਹਨਾਂ ਨੇ ਅਹਮਦਾਬਾਦ ਜੋ ਪੰਜਾਬ ਵਿੱਚ ਹੈ ਅਨੁਸਾਰ ਕਰਕੇ ਦਾਲ ਸਿੰਘ ਨੂੰ ਬਖਸ਼ ਦਿੱਤਾ ਸਰਦਾਰ ਚੜਤ ਸਿੰਘ ਜੇ ਅਹਮਨਾਬਾਦ ਵਿੱਚ ਹੀ ਸਾਨ ਕਿ ਉੱਥੇ ਇਹਨਾਂ ਨੂੰ ਖਬਰਾਂ ਪਹੁੰਚੀਆਂ ਕਿ ਰੋਹਤਾਸ ਦਾ ਹਾਕਮ ਨੂਰਉਦੀਨ ਖਾਨ ਬਾਮੀ ਜ਼ਈ ਜੋ ਅਹਿਮਦ ਸ਼ਾਹ ਅਬਦਾਲੀ ਵੱਲੋਂ ਇਸ ਇਲਾਕੇ ਦਾ ਫੌਜਦਾਰ ਥਾਪਿਆ ਗਿਆ ਸੀ Hindu ਪ੍ਰਜਾ ਨੂੰ ਅਤਿ ਦੁੱਖ ਦੇ ਰਿਹਾ ਹੈ ਸਰਦਾਰ ਚੜਤ ਸਿੰਘ ਨੇ ਖਬਰ ਸੁਣਦੇ ਸਾਰ ਇਥੋਂ ਦੀ ਰੋਹਤਾਸ ਤੇ ਹੱਲਾ ਬੋਲ ਦਿੱਤਾ ਅੱਗੇ ਨੂਰਉਦੀਨ ਖਾਨ ਨੇ ਖੂਬ ਤਕੜਾ ਟੱਕਰਾ ਕੀਤਾ ਪਰ ਛੇਕੜੀ ਇਸ ਹੱਲੇ ਨੂੰ ਠਲ ਪਾਉਣ ਲਈ ਸਮਰਥ ਸਿਧ ਹੋਇਆ ਅਤੇ ਉਹ ਮੈਦਾਨ ਛੱਡ ਕੇ ਨਸ ਗਿਆ ਹੁਣ ਸਰਦਾਰ ਚੜਤ ਸਿੰਘ ਧੰਨੀਵਲ ਵਿਧਿਆ ਤੇ ਪਾਰੀ ਨਜ਼ਰਾਨੇ ਪ੍ਰਾਪਤ ਕਰਦੇ ਹੋਏ ਗੁਜਰਾਵਲ ਨੂੰ ਪਰਤ ਆਏ ਇਨੀ ਦਿਨੀ ਜੰਮੂ ਦੀ ਹਕੂਮਤ ਰਾਜਾ ਰਣਜੀਤ ਸਿੰਘ ਦੇ ਹੱਥ ਸੀ ਇਸ ਨੇ ਆਪਣੇ ਵੱਡੇ ਪੁੱਤਰ ਬ੍ਰਿਜ ਰਾਜ ਨੂੰ ਛੱਡ ਕੇ ਨਿੱਕੇ ਦਲੇਲ ਸਿੰਘ ਨੂੰ ਗੱਦੀ ਦੇ ਦਿੱਤੀ ਜਿਸ ਦੇ ਕਾਰਨ ਪਿਓ ਪੁੱਤਰਾਂ ਵਿਚਾਲੇ ਲੜਾਈ ਛੇੜ ਪਈ ਵੱਡੇ ਪੁੱਤਰ ਬ੍ਰਿਜ ਰਾਜ ਨੇ ਜਦੋਂ ਆਪਣੇ ਆਪ ਨੂੰ ਉਹਨਾਂ ਦੇ ਟਾਕਰੇ ਲਈ ਅਸਮਰਥ ਦੇਖਿਆ ਤਾਂ ਉਸਨੇ ਸਰਦਾਰ ਚੜਤ ਸਿੰਘ ਜੀ ਮੋਹਰੇ ਆਪਣੀ ਫਰਿਆਦ ਕੀਤੀ ਅਤੇ ਆਪਣੇ ਹੱਕ ਦੀ ਪ੍ਰਾਪਤੀ ਲਈ ਉਹਨਾਂ ਤੋਂ ਸਹਾਇਤਾ ਮੰਗੀ ਅਤੇ ਨਾਲ ਹੀ ਪਾਰੀ ਨਜ਼ਰਾਨਾ ਪੇਟ ਕਰਨ ਦਾ ਵਾਅਦਾ ਵੀ ਕੀਤਾ ਸਰਦਾਰ ਚੜਤ ਸਿੰਘ ਨੇ ਉਸ ਦਾ ਹੱਕ ਮਾਰੀ ਦਾ ਸੁਣ ਕੇ ਉਸੀ ਸਹਾਇਤਾ ਕਰਨੀ ਪ੍ਰਵਾਨ ਕਰ ਲਈ ਅਤੇ ਆਪਣੇ ਨਾਲ ਆਪਣੀ ਮਿਸਲ ਦੇ ਸਾਥੀ ਲੈ ਕੇ ਜੰਮੂ ਵੱਲ ਕੂਚ ਕਰ ਗਏ ਮੀਆ ਰਣਜੀਤ ਸਿੰਘ ਨੇ ਆਪਣੀ ਸਹਾਇਤਾ ਲਈ ਪੰਗੀ ਸਰਦਾਰਾਂ ਦੀ ਮਦਦ ਲਈ ਇਸ ਤਰ੍ਹਾਂ ਦੋਵੇਂ ਦਲ ਜਦ ਜ਼ਫਰਵਾਲ ਦੇ ਲਾਗੇ ਵਾਸੂ ਸਹਾਰਪਸ ਪਹੁੰਚੇ ਤਾਂ ਇਹਨਾਂ ਦੀ ਆਪਸ ਵਿੱਚ ਲੜਾਈ ਛਿੜ ਪਈ ਇਸ ਸਮੇਂ ਸਰਦਾਰ ਚੜਤ ਸਿੰਘ ਦੀ ਆਪਣੀ ਹੀ ਬੰਦੂਕ ਆਪਣੇ ਹੱਥ ਵਿੱਚ ਫਟ ਗਈ ਜਿਸ ਦੇ ਫਟਣ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ ਇਹ ਘਟਨਾ ਸੰਸਾਰ 1774 ਈਸਵੀ ਦੀ ਹੈ ਇਥੋਂ ਹੁਣ ਅਸੀਂ ਸਰਦਾਰ ਮਹਾ ਸਿੰਘ ਜੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਸਨ ਉਹਨਾਂ ਦੇ ਰਾਜਨੀਤਿਕ ਪੱਖ ਨੂੰ ਵਿਚਾਰਦੇ ਹਾਂ ਸਰਦਾਰ ਚੜ੍ਹਤ ਸਿੰਘ ਆਪਣੇ ਪਿੱਛੇ ਦੋ ਪੁੱਤਰ ਮਹਾ ਸਿੰਘ ਅਤੇ ਸਹੋਜ ਸਿੰਘ ਅਤੇ ਇੱਕ ਕੰਨਿਆ ਛੱਡ ਗਏ ਕਈ ਇਤਿਹਾਸਕਾਰ ਦੋ ਕੰਨਿਆਵਾਂ ਮੰਨਦੇ ਹਨ ਰਾਜਕੌਰ ਅਤੇ ਸਹਿਰਕੌਰ ਸਰਦਾਰ ਮਹਾ ਸਿੰਘ ਜੀ ਦੀ ਆਈ ਉਹ ਇਸ ਵੇਲੇ ਕੇਵਲ 9-10 ਵਰਿਆਂ ਦੀ ਸੀ ਮਿਸਲ ਦਾ ਕੰਮਕਾਰ ਉਹਨਾਂ ਦੀ ਮਾਤਾ ਦੇਸਨਕੌਰ ਅਤੇ ਸਰਦਾਰ ਜੈ ਸਿੰਘ ਦੇ ਪ੍ਰਬੰਧ ਨਾਲ ਚੱਲਦਾ ਰਿਹਾ ਹੋਂ ਸਰਦਾਰ ਮਹਾ ਸਿੰਘ ਦੀ ਮਾਤਾ ਨੇ ਗੁਜਰਾਵਾਲੇ ਦੇ ਕਿਲੇ ਨੂੰ ਟੋਆ ਕੇ ਵਦੇਰੇ ਪੱਕਾ ਤੇ ਖੁੱਲਾ ਕਰ ਲਿਆ ਇੰਨੇ ਨੂੰ ਸਰਦਾਰ ਗੰਡਾ ਸਿੰਘ ਪੰਗੀ ਅਤੇ ਮਹਾ ਸਿੰਘ ਦੀ ਆਪਸ ਵਿੱਚ 16 ਸਫਾਈ ਵੀ ਹੋ ਗਈ ਇਸ ਦੇ ਥੋੜੇ ਚਿਰ ਪਿੱਛੋਂ ਮਹਾ ਸਿੰਘ ਦਾ ਵਿਆਹ ਸਰਦਾਰ ਗਜਪਤ ਸਿੰਘ ਜੀਤ ਦੀ ਸੁਪਤਰੀ ਬੀਬੀ ਰਾਜਕੌਰ ਨਾਲ ਬੜੀ ਧੂਮ-ਧਾਮ ਨਾਲ ਹੋਇਆ ਰਸੂਲ ਨਗਰ ਦਾ ਹਾਕਮ ਪੀਰ ਮੁਹੰਮਦ ਖਾਨ ਚੱਠਾ ਬੜਾ ਪੱਖਪਾਤੀ ਅਤੇ ਹਿੰਦੂਆਂ ਦੀ ਜਾਨ ਦਾ ਵੈਰੀ ਸੀ ਇਸ ਦੇ ਜ਼ਾਲਿਮ ਹੱਥਾਂ ਤੋਂ ਕਦੇ ਕੋਈ ਰਾਹਗੁਜ਼ਾਰ ਸੁਰੱਖਿਤ ਨਹੀਂ ਸੀ ਲੰਘ ਸਕਦਾ ਜਦ ਤੱਕ ਇਸ ਦੀ ਮੂ ਮੰਗੀ ਨਜ਼ਰ ਇਸ ਨੂੰ ਨਾ ਪੇਂਟ ਕਰ ਦਿੰਦਾ ਇਸ ਜ਼ੁਲਮ ਦੇ ਕਾਰਨ ਇੱਥੋਂ ਦੇ ਰਾਹ ਬੰਦ ਹੋ ਗਏ ਸਨ ਨੌਜਵਾਨ ਸਰਦਾਰ ਮਹਾ ਸਿੰਘ ਨੇ ਜਾਦੀਸ਼ ਖਾਨ ਦਾ ਇਹ ਅਤ ਦਾ ਜ਼ੁਲਮ ਸੁਨਿਆ ਤਾਂ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਡਾਢੀਆਂ ਯੋਗ ਦਿਸੀਆਂ ਅਤੇ ਉਹਨਾਂ ਨੇ ਗਰੀਬ ਪਰਜਾ ਨੂੰ ਬਚਾਉਣ ਲਈ ਸੰਸਤਾਨ 778 ਦੇ ਆਰੰਭ ਵਿੱਚ ਆਪਣੀ ਬਲਵਾਨ ਮਿਸਲ ਦੇ 612 ਸਵਾਰਾਂ ਨੂੰ ਲੈ ਕੇ ਰਸੂਲ ਨਗਰ ਜਾ ਪੁੱਜਿਆ ਪੀਰ ਮੁਹੰਮਦ ਖਾਨ ਨੂੰ ਜਦੋਂ ਪਤਾ ਲੱਗਾ ਤਾਂ ਉਹ ਸਾਹਮਣੇ ਹੋ ਕੇ ਟਕਰਾ ਨਾ ਕਰ ਸਕਿਆ ਅਤੇ ਨੱਠ ਕੇ ਕਿਲੇ ਵਿੱਚ ਜਾ ਬੈਠਾ ਸਰਦਾਰ ਮਹਾ ਸਿੰਘ ਨੇ ਲਗਦੇ ਹੱਥ ਕਿਲੇ ਨੂੰ ਕੇਰੇ ਵਿੱਚ ਰੱਖ ਲਿਆ ਅਤੇ ਕਈ ਤਾਵੇ ਕਰਕੇ ਛੇਕੜ ਸ਼ਹਿਰ ਅਤੇ ਕਿਲੇ ਨੂੰ ਫਤਿਹ ਕਰ ਲਿਆ ਅਤੇ ਇਸ ਦਾ ਨਾਮ ਰਸੂਲ ਨਗਰ ਦੀ ਥਾਂ RAM Nagar ਰੱਖ ਦਿੱਤਾ ਨਾਲ ਹੀ ਅਲੀਪੁਰ ਨੂੰ ਫਤਿਹ ਕਰਕੇ ਉਸ ਦਾ ਨਾਮ ਅਕਾਲਗੜ੍ਹ ਰੱਖਿਆ ਜੋ ਅੱਜ ਤੱਕ ਦੋਵੇਂ ਨਗਰ ਇਹਨਾਂ ਨਾਵਾਂ ਨਾਲ ਹੀ ਪ੍ਰਸਿੱਧ ਹਨ ਇਹ ਸਾਰੀਆਂ ਸਫਲਤਾਵਾਂ ਤੋਂ ਬਾਅਦ ਸਰਦਾਰ ਮਹਾ ਸਿੰਘ ਦੀ ਇੱਜ਼ਤ ਸਾਰੇ ਪੰਜਾਬ ਵਿੱਚ ਫਸਰ ਗਈ ਅਤੇ ਕਈ ਨਾਮੀ ਸਰਦਾਰ ਇਹਨਾਂ ਦੀ ਮਿਸਲ ਵਿਚ ਆਰਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ ਸੰਨ 1780 ਈਸਵੀ ਦਾ ਸੁਭਾਗਾ ਦਿਨ ਆਪਣੇ ਆਪ ਵਿੱਚ ਇੱਕ ਐਸੀ ਵਡਿਆਈ ਰੱਖਦਾ ਹੈ ਜਿਸ ਕਰਕੇ ਸੰਸਾਰ ਦੇ ਇਤਿਹਾਸ ਵਿੱਚ ਕਦੇ ਵੀ ਨਾ ਭੁੱਲਣ ਵਾਲਾ ਦਿਨ ਬਣ ਗਿਆ ਹੈ ਇਹ ਉਹੀ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਮਾਨਯੋਗ ਹਸਤੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਰਦਾਰ ਮਹਾ ਸਿੰਘ ਦੇ ਘਰ ਸਰਦਾਰ ਨਿਰਾਜ ਕੌਰ ਦੀ ਕੁੱਖੋਂ ਗੁਜਰਾਵਾਲੇ ਵਿੱਚ ਹੋਇਆ ਸੀ ਸਰਦਾਰ ਮਹਾ ਸਿੰਘ ਨੇ ਇਸ ਸਮੇਂ ਪਾਰੀਆਂ ਖੁਸ਼ੀਆਂ ਮਨਾਈਆਂ ਹਜ਼ਾਰਾਂ ਰੁਪਏ ਧਰਮਕਾਰਜਾਂ ਲਈ ਅਧਿਕਾਰੀਆਂ ਨੂੰ ਵੰਡੇ ਗਏ ਗੁਰੂ ਆਸ਼ੇ ਅਨੁਸਾਰ ਬੱਚੇ ਦਾ ਨਾਮ ਰਣਜੀਤ ਸਿੰਘ ਰੱਖਿਆ ਗਿਆ ਰੰਜੀਤ ਸਿੰਘ ਦੇ ਜਨਮਿਆ ਅਜੇ ਵਦੇਰਾ ਸਮਾਂ ਨਹੀਂ ਸੀ ਬੀਤਿਆ ਕਿ ਇਹਨਾਂ ਨੂੰ ਸੀਤਲਾ ਨਿਕਲ ਪਈ ਅਤੇ ਐਸੇ ਬਿਮਾਰ ਹੋਏ ਕਿ ਇਹਨਾਂ ਦੇ ਬਚਨ ਦੀ ਕੋਈ ਆਸ ਨਾ ਰਹੀ ਕੁਝ ਦਿਨਾਂ ਉਪਰੰਤ ਬਿਮਾਰੀ ਆਪਣੇ ਆਪ ਹੀ ਮੋੜਾ ਖਾ ਗਈ ਪਰ ਇਸ ਰੋਗ ਨਾਲ ਉਹਨਾਂ ਦੀ ਖੱਬੀ ਅੱਖ ਦੀ ਨਜ਼ਰ ਜਾਂਦੀ ਰਹੀ ਇਸ ਸਮੇਂ ਕਿਸੇ ਦੇ ਚਿਤ ਚੇਤੇ ਵੀ ਨਹੀਂ ਆਈ ਸੀ ਕਿ ਕਿਸੇ ਦਿਨ ਇਹੀ ਸੀਤਲਾ ਦਾ ਮਾਰਿਆ ਮੁੰਡਾ ਪੰਜ ਦਰਿਆਵਾਂ ਦੀ ਧਰਤੀ ਦਾ ਮਹਾਰਾਜਾ ਬਣੇਗਾ ਅਤੇ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਪ੍ਰਸਿੱਧ ਹੋਵੇਗਾ ਹੋਂ ਸਰਦਾਰ ਮਹਾ ਸਿੰਘ ਜੀ ਦੀ ਫੌਜੀ ਸ਼ਕਤੀ ਬਹੁਤ ਵੱਧ ਗਈ ਸੀ। ਉਹਨਾਂ ਨੇ ਇਸ ਥਲਾਬ ਉਠਾਉਣ ਲਈ ਪਿੰਡੀ ਪਟਿਆ ਸਾਹੀਵਾਲ, ਈਸਾ ਖੇਲ ਆਦਿ ਇਲਾਕੇ ਪਰ ਵੀ ਤਾਵਾ ਬੋਲ ਦਿੱਤਾ ਅਤੇ ਬਹੁਤ ਸਾਰਾ ਰੁਪਿਆ ਨਜ਼ਰਾਨਾ ਲੈ ਕੇ ਪਰਤੇ। ਇਸ ਦੇ ਕੁਝ ਦਿਨਾਂ ਬਾਅਦ ਕੋਟਲੀ ਸਿਆਲ ਕੋਟ ਤੇ ਜਾ ਕੇ ਹੱਲਾ ਕੀਤਾ ਤੇ ਇੱਥੋਂ ਦੀ ਬਹੁਤ ਸਾਰੇ ਹਥਿਆਰ ਆਪਣੇ ਅਧਿਕਾਰ ਵਿੱਚ ਕਰ ਲਏ। ਇਹ ਕੋਟਲੀ ਹਥਿਆਰਾਂ ਲਈ ਉਸ ਸਮੇਂ ਸਾਰੇ ਪੰਜਾਬ ਵਿੱਚ ਪ੍ਰਸਿੱਧ ਸੀ। ਇਤੋਂ ਵਿਲੇ ਹੋ ਕੇ ਸਰਦਾਰ ਮਹਾ ਸਿੰਘ ਨੇ ਬ੍ਰਿਜ ਰਾਜ ਜੰਮੂ ਵਾਲੇ ਦੀ ਵਾਅਦਾ ਖਿਲਾਫੀ ਕਰਕੇ ਜੰਮੂ ਤੇ ਹਮਲਾ ਕੀਤਾ ਅਤੇ ਹੱਥੋਂ ਹੱਥੀ ਸ਼ਹਿਰ ਲੈ ਲਿਆ ਇਸ ਤੋਂ ਬਾਅਦ ਸਰਦਾਰ ਮਹਾ ਸਿੰਘ ਜੀ ਦੀਵਾਲੀ ਮੇਲੇ ਤੇ ਅੰਮ੍ਰਿਤਸਰ ਵਿਖੇ ਇਸ਼ਨਾਨ ਕਰਨ ਲਈ ਆਏ ਅਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਟਹਿਲੇ ਲਈ ਬਹੁਤ ਖੁੱਲਾ ਗਫਾਰਦਾਸ ਕਰਵਾਇਆ ਇਸ ਸਮੇਂ ਨਿਯਮ ਅਨੁਸਾਰ ਇੱਥੇ ਸਾਰੇ ਵੱਡੇ-ਵੱਡੇ ਸਰਦਾਰ ਇਕੱਠੇ ਹੋਏ ਸਨ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸਰਦਾਰ ਮਹਾ ਸਿੰਘ ਨੂੰ ਦੱਸਿਆ ਕਿ ਜੈ ਸਿੰਘ ਕੰਨਿਆ ਨੇ ਮੇਰਾ ਇਲਾਕਾ ਦਬਾ ਲਿਆ ਹੈ ਆਪ ਮੇਰੇ ਨਾਲ ਮਿਲ ਕੇ ਮੇਰਾ ਹੱਕ ਮੈਨੂੰ ਦਿਲਵਾ ਦਿਓ ਸਰਦਾਰ ਮਹਾ ਸਿੰਘ ਚਾਹੁੰਦੇ ਸਨ ਕਿ ਜਿਵੇਂ ਵੀ ਹੋ ਸਕੇ ਇਹਨਾਂ ਦਾ ਘਰ ਵਿੱਚ ਹੀ ਫੈਸਲਾ ਕਰ ਦੇਣ ਪਰ ਉਦੋਂ ਜੈ ਸਿੰਘ ਨੂੰ ਪਹਿਲੇ ਹੀ ਕਿਸੇ ਨੇ ਭੜਕਾ ਦਿੱਤਾ ਸੀ ਕਿ ਮਹਾ ਸਿੰਘ ਰਾਮਗੜੀਆ ਨਾਲ ਮਿਲ ਕੇ ਤੇਰੇ ਵਿਰੁੱਧ ਗੌਂਦਾ ਗੁੰਦ ਰਿਹਾ ਹੈ ਇਸ ਭੁਲੇਖੇ ਵਿੱਚ ਜਦ ਜੈ ਸਿੰਘ ਨੂੰ ਮਿਲਣ ਲਈ ਹੋ ਗਿਆ ਤਾਂ ਅੱਗੋਂ ਬੜੀ ਵਿਪਰੀਤੀ ਨਾਲ ਉਹ ਮਿਲੇ ਅਤੇ ਗੱਲ ਇੱਥੋਂ ਤੱਕ ਵੱਧ ਗਈ ਕਿ ਖੁੱਲਮ-ਖੁੱਲਾ ਦੋਹਾਂ ਜੱਥਿਆਂ ਵਿੱਚ ਵਟਾਲੇ ਦੇ ਲਾਗੇ ਅਚਲ ਦੇ ਮੈਦਾਨ ਵਿੱਚ ਟਕਰਾ ਹੋ ਪਿਆ ਜਿਸ ਵਿੱਚ ਸਰਦਾਰ ਜੈ ਸਿੰਘ ਦਾ ਬਹਾਦਰ ਪੁੱਤਰ ਸਰਦਾਰ ਗੁਰਬਖਸ਼ ਸਿੰਘ ਮਾਰਿਆ ਗਿਆ ਇਸ ਦੇ ਮਰ ਜਾਣ ਨਾਲ ਫੌਜ ਵਿਖੇਂਡ ਪੁੰਡ ਗਈ ਅਤੇ ਮੈਦਾਨ ਮਹਾ ਸਿੰਘ ਦੇ ਹੱਥ ਰਿਹਾ ਜੈ ਸਿੰਘ ਨੇ ਨੌਸ਼ੀਰੇ ਦੇ ਲਾਗੇ ਫੇਰ ਇੱਕ ਚਪਟਾ ਇਹਨਾਂ ਨਾਲ ਕੀਤਾ ਪਰ ਉੱਥੇ ਵੀ ਇਹਨਾਂ ਨੂੰ ਪਿੱਛੇ ਹਟਣਾ ਪਿਆ ਇਸ ਤਰ੍ਹਾਂ ਮਹਾ ਸਿੰਘ ਨੇ ਰਾਮਗੜੀਆਂ ਦਾ ਇਲਾਕਾ ਉਹਨਾਂ ਨੂੰ ਦਿਲਵਾ ਦਿੱਤਾ ਗੁਰਬਖਸ਼ ਸਿੰਘ ਦੀ ਧਰਮ ਸੁ ਪਤਨੀ ਸਰਦਾਰਨੀ ਸਦਾਕੌਰ ਜਿਸ ਤਰ੍ਹਾਂ ਦੀ ਸ੍ਰੀ ਜਾਤੀ ਵਿੱਚ ਬਹਾਦਰ ਅਤੇ ਉੱਗੀ ਬਲਵਾਨ ਸੂਰਮਾ ਇਸਤਰੀ ਹੋ ਬੀਤੀ ਹੈ ਇਸੇ ਤਰ੍ਹਾਂ ਇਹ ਰਾਜ ਪ੍ਰਬੰਧ ਲਈ ਵੀ ਸੀ ਕਿ ਇਤਿਹਾਸ ਵਿੱਚ ਉਚੇਰੀ ਥਾਂ ਰੱਖਦੀ ਹੈ ਸਰਦਾਰਨੀ ਨੇ ਜਦ ਸਰਦਾਰ ਮਹਾ ਸਿੰਘ ਦੀ ਦਿਨੋ ਦਿਨ ਵਧ ਰਹੀ ਸ਼ਕਤੀ ਨੂੰ ਗੌਰ ਦੀ ਨਜ਼ਰ ਨਾਲ ਜਾਂਚਿਆ ਤਾਂ ਇਹਨਾਂ ਨੇ ਆਪਣੇ ਮਨ ਵਿੱਚ ठान ਦਿੱਤਾ ਕਿ ਜਿਵੇਂ ਵੀ ਹੋ ਸਕੇ ਸ਼ੁਕਰ ਚੱਕੀਏ ਸਰਦਾਰ ਨਾਲ ਮੇਲ ਰੱਖਿਆ ਜਾਵੇ ਨਹੀਂ ਤਾਂ ਇਲਾਕੇ ਦਾ ਸੁਰੱਖਿਤ ਰਹਿਣਾ ਕਠਿਨ ਹੋ ਜਾਵੇਗਾ ਉਸਨੇ ਇਸ ਸਮੇਂ ਨੂੰ ਐਸੀ ਸੁਗੜਤਾ ਨਾਲ ਨਿਜੀਠਿਆ ਕਿ ਜਿਸ ਨਾਲ ਸਾਰੇ ਵੈਰ ਵਿਰੋਧਾਂ ਦਾ ਇਕਾ ਇਕੰਤ ਹੋ ਗਿਆ ਇਹ ਇਓਂ ਹੈ ਕਿ ਸੱਦਾ ਕੌਰ ਨੇ ਆਪਣੀ ਇਕਲੌਤੀ ਪੁੱਤਰੀ ਮਹਿਤਾਬ ਕੌਰ ਦੀ ਮੰਗਣੀ ਸਰਦਾਰ ਮਹਾ ਸਿੰਘ ਦੇ ਸੁਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ ਜਿਸ ਦੇ ਕਾਰਨ ਹੁਣ ਦੋਵੇਂ ਮਿਸਲਾਂ ਇਕਮਿਕ ਹੋ ਗਈਆਂ ਇਹ ਗੱਲ ਸੰਨ 1785 ਦੀ ਹੈ ਅੱਗੇ ਜਾ ਕੇ ਸੰਨ 1706 ਇਸ ਵੀ ਵਿੱਚ ਰਣਜੀਤ ਸਿੰਘ ਦਾ ਵਿਆਹ ਬੜੀ ਧੂਮ-ਧਾਮ ਨਾਲ ਹੋਇਆ ਸਾਲ 1791 ਦੇ ਆਰੰਭ ਵਿੱਚ ਸਰਦਾਰ ਮਹਾ ਸਿੰਘ ਨੇ ਗੁਜਰਾਤ ਦੇ ਇਲਾਕੇ ਤੋਂ ਹੱਕ ਰੱਖਿਊਗਰਾਂ ਲਈ ਚੜਾਈ ਕੀਤੀ ਅੱਗੋ ਸਾਹਿਬ ਸਿੰਘ ਪੰਗੀ ਆਦੀ ਨੇ ਬਿਨ ਲੜਾਈ ਦੇ ਕਿਸੇ ਰਕਮ ਦੇਣ ਤੋਂ ਨਾ ਕਰ ਦਿੱਤੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਾਮਲਾ ਲੜਾਈ ਤੱਕ ਵੱਧ ਗਿਆ ਛੇਕਰ ਸਾਹਿਬ ਸਿੰਘ ਦੇ ਟਾਕਰੇ ਦੀ ਸ਼ਕਤੀ ਮੈਦਾਨ ਵਿੱਚ ਨਾ ਦੇਖ ਕੇ ਸੌਂਦਰਾ ਦੇ ਕਿਲੇ ਵਿੱਚ ਹੋ ਬੈਠਾ ਇਹਨਾਂ ਬਾਰੋਂ gekeਰਾ ਘਤ ਲਿਆ ਕਈ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ ਪਰ ਸਿੱਟਾ ਕੁਝ ਵੀ ਨਾ ਨਿਕਲਿਆ ਹੁਣ ਕਰਨਾ ਕਰਤਾਰ ਦਾ ਐਸਾ ਹੋਇਆ ਕਿ ਸਰਦਾਰ ਮਹਾ ਸਿੰਘ ਕਰੜੀ ਕਾਲ ਕਲਨ ਅਤੇ ਚੰਗੇ ਭੋਜਨ ਦੇ ਨਾ ਮਿਲਣ ਦੇ ਕਾਰਨ ਪੇਚਸ਼ ਨਾਲ ਬਿਮਾਰ ਹੋ ਗਏ ਜਦ ਬਿਮਾਰੀ ਦਿਨੋ ਦਿਨ ਵਧਦੀ ਰਹੀ ਤਾਂ ਇਹ ਮੋਹਿਮ ਆਪਣੇ ਹੌਨ ਹਰਪੁੱਤਰ ਰਣਜੀਤ ਸਿੰਘ ਦੇ ਹੱਥ ਸੌਂਪ ਕੇ ਜੋ ਇਸ ਸਮੇਂ ਮੈਦਾਨੇ ਜਾਂਗ ਵਿੱਚ ਉਹਨਾਂ ਦੇ ਨਾਲ ਹੀ ਸੀ ਆਪ ਗੁਜਰਾਵਾਲੇ ਨੂੰ ਪਰਤ ਗਏ ਸਰਦਾਰ ਮਹਾ ਸਿੰਘ ਜਦ ਮੈਦਾਨ ਤੋਂ ਤੁਰਨ ਲੱਗੇ ਤਾਂ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਬੇਢਾਲ ਪਾਇਆ ਕਿ ਆਪਣੇ ਪੁੱਤਰ ਦੀ ਦਸਤਾਰ ਬੰਦੀ ਮਰਿਆਦਾ ਆਪਣੇ ਹੱਥ ਨਾਲ ਉੱਥੇ ਹੀ ਪੂਰੀ ਕਰ ਆਏ ਉਦੋਂ ਰਣਜੀਤ ਸਿੰਘ ਨੇ ਘੇਰੇ ਨੂੰ ਬਰਾਬਰ ਜਾਰੀ ਰੱਖਿਆ ਇੰਨੇ ਨੂੰ ਖਬਰ ਪਹੁੰਚੀ ਕਿ ਪੰਗਿਆਂ ਦਾ ਇੱਕ ਪਾਰ ਹੀ ਦਸਤਾ ਕਿਲੇ ਨੂੰ ਛੁਡਾਉਣ ਲਈ ਸਰਦਾਰ ਕਰਮ ਸਿੰਘ ਅਤੇ ਜੋਧ ਸਿੰਘ ਦੇ ਤਹਿਤ ਵਿਚ ਆ ਰਿਹਾ ਹੈ ਰਣਜੀਤ ਸਿੰਘ ਨੇ ਚਾਟੂਨਾ ਦਾ ਰਾਹ ਕੋਟ ਮਹਾਰਾਜਾ ਦੇ ਲਾਗੇ ਜੰਗਲ ਵਿੱਚ ਰੋਕ ਲਿਆ ਅਤੇ ਇਹਨਾਂ ਦੇ ਪਹੁੰਚਦਿਆਂ ਹੀ ਇੱਕਾ ਇੱਕ ਐਸੇ ਹਾਲਾਤ ਕਰ ਦਿੱਤੇ ਕਿ ਉਹਨਾਂ ਨੂੰ ਮੈਦਾਨ ਖਾਲੀ ਛੱਡ ਕੇ ਭਜਣਾ ਪਿਆ ਇਸ ਲੜਾਈ ਵਿੱਚ ਕਈ ਤੋਪਾਂ ਅਤੇ ਜੰਬੂਰਕ ਰঞ্জੀਤ ਸਿੰਘ ਦੇ ਹੱਥ ਆਏ ਜੋ ਉਹਨਾਂ ਨੇ ਗੁਜਰਾਵਾਲੇ ਪਿਜਵਾ ਦਿੱਤੇ ਇਹ ਸਭ ਵੇਖ ਕੇ ਸਰਦਾਰ ਮਹਾ ਸਿੰਘ ਅਤੀ ਪ੍ਰਸੰਨ ਹੋਏ ਪਰ ਇਹ ਪ੍ਰਸੰਨਤਾ ਉਹਨਾਂ ਦੀ ਬਹੁਤੀ ਦੇਰ ਤੱਕ ਨਹੀਂ ਰਹੀ ਕਿਉਂਕਿ ਇਸ ਤੋਂ ਦੂਜੇ ਦਿਨ ਸੰਨ 1792 ਨੂੰ 27 ਸਾਲ ਦੀ ਯੁਵਾਵਸਥਾ ਵਿੱਚ ਮਹਾ ਸਿੰਘ ਚੜਾਈ ਕਰ ਗਏ ਰঞ্জੀਤ ਸਿੰਘ ਅਜੇ ਕੋਟ ਮਹਾਰਾਜ ਵਿੱਚ ਹੀ ਸਨ ਕਿ ਇੱਥੇ ਇਹਨਾਂ ਨੂੰ ਆਪਣੇ ਪਿਤਾ ਦੇ ਚਲਾਨਣ ਦੀ ਖਬਰ ਪਹੁੰਚੀ ਇੱਥੋਂ ਇਹ ਗੁਜਰਾਵਾਲੇ ਪੁੱਜੇ ਅਤੇ ਆਪਣੇ ਪਿਤਾ ਦੀ ਮਰਤਕ ਦੇਹ ਦਾ ਪੂਰੀ ਮਰਿਆ ਦਾਨਲਿਸਿਸ ਕਰ ਕੀਤਾ ਇਸ ਵੀਡੀਓ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਹੁਣ ਤੱਕ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਹੈ ਇਸ ਤੋਂ ਅੱਗੇ ਉਹ ਕਿਵੇਂ ਰਾਜਾ ਬਣੇ ਅਤੇ ਉਸ ਤੋਂ ਬਾਅਦ ਕੀ ਹੋਇਆ ਇਹ ਆਉਣ ਵਾਲੀਆਂ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੁੱਲ ਚੁੱਕ ਦੀ ਖਿਮਾ ਚਾਹੁੰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ